ਸ਼ਹੀਦ ਭਗਤ ਸਿੰਘ ਨਗਰ ਜਾਨੀ ਨਵਾਂ ਸ਼ਹਿਰ ਦੀ ਇੱਕ ਅਦਾਲਤ ਵੱਲੋਂ ਤਿੰਨ ਸਿੱਖ ਨੌਜਵਾਨਾਂ ਕੋਲੋਂ ਕਿਤਾਬਾਂ ਸ਼ਹੀਦਾਂ ਦੀ ਇਤਿਹਾਸਿਕ ਤਸਵੀਰਾਂ ਤੇ ਇਸ਼ਤਿਹਾਰ ਮਿਲਣ ਕਰੋਂ ਉਹਨਾਂ ਨੂੰ ਦੇਸ਼ ਵਿਰੋਧ ਜੰਗ ਛੇੜਨ ਦਾ ਦੋਸ਼ੀ ਗਰਦਾਨਾ ਅਤੇ ਉਮਰ ਕੈਦੀ ਸਜ਼ਾ ਸੁਣਾਏ ਜਾਣ ਤੇ ਉੱਠ ਰਹੇ ਸਵਾਲਾਂ ਦੇ ਦਰਮਿਆਨ ਹੀ ਬਲਾਚਰ ਪੁਲਿਸ ਇਹਨਾਂ ਨੌਜਵਾਨਾਂ ਵਿੱਚੋਂ ਅਰਵਿੰਦਰ ਸਿੰਘ ਨੂੰ ਨਵੇਂ ਮਾਮਲੇ ਵਿੱਚ ਨਾਮਜ਼ਦ ਕਰਕੇ ਖੁਦ ਹੀ ਸਵਾਲਾਂ ਦੇ ਕੇਰੇ ਵਿੱਚ ਆ ਗਈ ਹੈ ਤਸਵੀਰ ਕਿ ਅਰਵਿੰਦਰ ਸਿੰਘ, surjit singh ਅਤੇ Ranjit singh ਨੂੰ ਨਵਾਂ ਸ਼ਹਿਰ ਦੇ ਸੈਸ਼ਨ ਜੱਜ ਰੰਦੀਰ ਸ਼ਰਮਾ ਨੇ 31 ਜਨਵਰੀ ਨੂੰ ਦੇਸ਼ ਖਿਲਾਫ ਜੰਗ ਚੇੜਨ ਦਾ ਦੋਸ਼ੀ ਐਲਾਨਿਆ ਸੀ ਅਤੇ 5 ਫਰਵਰੀ ਨੂੰ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਹਨਾਂ ਨੌਜਵਾਨਾਂ ਵਿੱਚੋਂ ਅਰਵਿੰਦਰ ਸਿੰਘ ਖਿਲਾਫ 7 ਫਰਵਰੀ ਨੂੰ ਬਲਾਚਰ ਪੁਲਿਸ ਨੇ ਨਵਾਂ ਮਾਮਲਾ ਦਰਜ ਕੀਤਾ ਹੈ। ਬਲਾਚਰ ਪੁਲਿਸ ਦਾ ਕਹਿਣਾ ਹੈ ਕਿ ਅਰਵਿੰਦਰ ਸਿੰਘ ਨੇ ਗੁਰਦੀਪ ਸਿੰਘ ਨੂੰ ਪਿਸਤੌਲ ਅਤੇ ਕਾਰਤੂਸ ਦਿੱਤੇ ਸਨ। ਜਦਕਿ ਤੱਤ ਇਹ ਹੈ ਕਿ ਗੁਰਦੀਪ ਸਿੰਘ ਮਈ 2016 ਤੋਂ ਜੇਲ੍ਹ ਵਿੱਚ ਕੈਦ ਹੈ ਪੁਲਿਸ ਦਾ ਕਹਿਣਾ ਕਿ ਉਸ ਵੱਲੋਂ ਗੁਰਦੀਪ ਸਿੰਘ ਜਿਸ ਨੂੰ ਮੁਕੰਦpur ਪੁਲਿਸ ਨੇ ਐਨਡੀਪੀਐਸ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਉਸ ਦੇ ਖਿਲਾਫ ਸੇ ਉਤੇ ਅਰਵਿੰਦਰ ਸਿੰਘ ਅਤੇ ਤਿੰਨ ਹੋਰਾਂ ਖਿਲਾਫ ਅਸਲਾ ਕਾਨੂੰਨ ਅਤੇ ਗੈਰ ਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ ਯਾਨੀ ਯੂਏਪੀਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਇਸ ਮਾਮਲੇ ਵਿੱਚ ਬਲਾਚੌਰ ਪੁਲਿਸ ਨੇ 7 ਫਰਵਰੀ ਨੂੰ ਦਰਜ ਕੀਤੀ ਗਈ ਐਫਆਈਆਰ ਵਿੱਚ ਕਿਹਾ ਗਿਆ ਕਿ ਅਰਵਿੰਦਰ ਸਿੰਘ ਨੇ ਗੁਰਦੇਵ ਸਿੰਘ ਨੂੰ ਇੱਕ ਪਿਸਤਲ ਅਤੇ 6 ਕਾਰਤੂਸ ਦਿੱਤੇ ਸਨ ਤਾਂ ਜੋ ਇਹ ਸਰਵਾਦੇ ਬਿਛੌੜੀ ਵਿਖੇ ਗੁਰੂਗ੍ਰਾਂਧ ਸਾਹਿਬ ਜੀ ਦੀ ਹੋਈ ਬੇਦਬੀ ਦਾ ਬਦਲਾ ਲੈ ਸਕਣ ਦੱਸਦੇ ਕਿ ਅਰਵਿੰਦਰ ਸਿੰਘ ਨੂੰ ਮਈ 2016 ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਉਸ ਤੋਂ ਬਾਅਦ ਅੱਜ ਤੱਕ ਉਹ ਜੇਲ੍ਹ ਵਿੱਚ ਹੀ ਹੈ ਜਦਕਿ ਦੂਸਰੇ ਪਾਸੇ ਸਰਵਾਪਿੰਡ ਦੇ ਵਿੱਚ ਬੇਦਬੀ ਦੀ ਘਟਨਾ ਜਨਵਰੀ 2017 ਵਿੱਚ ਵਾਪਰੀ ਸੀ ਅਤੇ ਬਿਸ਼ੋਵਾ ਵਿਚਲੀ ਬੇਦਬੀ ਦੀ ਘਟਨਾ ਜੂਨ 2018 ਦੀ ਹੈ ਭਾਵੇਂ ਕਿ ਦੋਵੇਂ ਘਟਨਾਵਾਂ ਉਦੋਂ ਵਾਪਰੀ ਜਦੋਂ ਅਰਵਿੰਦਰ ਸਿੰਘ ਜੇਲ੍ਹ ਵਿੱਚ ਕੈਦ ਸੀ ਇਸ ਦੇ ਮਦਨ ਰਜ਼ਰ ਪੁਲਿਸ ਦਾ ਇਹ ਦਾਵਾ ਸਵਾਲਾਂ ਦੇ ਘੇਰੇ ਵਿੱਚ ਹੈ ਕਿ ਅਰਵਿੰਦਰ ਸਿੰਘ ਨੇ ਗੁਰਦੀਪ ਸਿੰਘ ਨੂੰ ਪਿਸਤੌਲ ਅਤੇ ਕਾਰਤੂਸ ਦੇ ਕੇ ਇਹਨਾਂ ਘਟਨਾਵਾਂ ਦਾ ਬਦਲਾ ਲੈਣ ਦੇ ਲਈ ਕਿਹਾ ਸੀ ਇੱਕ ਅੰਗਰੇਜ਼ੀ ਅਖਬਾਰ ਵਿੱਚ ਲੱਗੀ ਇੱਕ ਖਬਰ ਮੁਤਾਬਕ ਇਸ ਮਾਮਲੇ ਦੀ ਜਾਂਚ ਕਰ ਰੇ ਡੀਐਸਪੀ ਰਿਸ਼ਪਾਲ ਸਿੰਘ ਨੇ ਇਸ ਖਬਰ ਦੇ ਪੱਤਰਕਾਰ ਨੇ ਜਦੋਂ ਉਹਨਾਂ ਤੋਂ ਇਸ ਬੰਦੀ ਸਵਾਲ ਕੀਤਾ ਤਾਂ ਉਸਨੇ ਕਿਹਾ ਕਿ ਉਹ ਗੁਰਦੀਪ ਸਿੰਘ ਦੀ ਪੁੱਛਗਿੱਛ ਉਸਨੇ ਕੀਤੀ ਸੀ ਉਸਨੇ ਕਿਹਾ ਸੀ ਕਿ ਉਸ ਵੇਲੇ ਅਰਵਿੰਦਰ ਸਿੰਘ ਜੇਲ੍ਹ ਤੋਂ ਬਾਹਰ ਸੀ ਖਬਰ ਵਿੱਚ ਇਹ ਗੱਲ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ ਜਦੋਂ ਅੰਗਰੇਜ਼ੀ ਅਖਬਾਰ ਦੇ ਪੱਤਰ ਨੇ ਡੀਐਸਪੀ ਦੇ ਧਿਆਨ ਵਿੱਚ ਇਹ ਲਿਆਂਦਾ ਕਿ ਜੇ ਅਰਵਿੰਦਰ ਸਿੰਘ ਤਾਂ ਗ੍ਰਿਫਤਾਰੀ ਤੋਂ ਬਾਅਦ ਮੁੜ ਜੇਲ੍ਹ ਵਿੱਚੋਂ ਬਾਹਰ ਆਇਆ ਹੀ ਨਹੀਂ ਤਾਂ ਡੀਐਸਪੀ ਨੇ ਇਸ ਗੱਲ ਦੀ ਅੜੀ ਕੀਤੀ ਕਿ ਨਹੀਂ ਅਰਵਿੰਦਰ ਸਿੰਘ ਉਦੋਂ ਜੇਲ੍ਹ ਤੋਂ ਬਾਹਰ ਹੀ ਸੀ ਸੀਨੀਅਰ ਪੱਤਰਕਰਤਾ ਆਈਪੀ ਸਿੰਘ ਵੱਲੋਂ ਲਾਈ ਗਈ ਇਸ ਖਬਰ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸੋਮਵਾਰ ਦੇਰ ਸ਼ਾਮ ਨੂੰ ਨਵਾਂ ਸ਼ਹਿਰ ਦੇ ਪੁਲਿਸ ਮੁਖੀ ਦੀਪਕ ਹਲੋਰੀ ਨੇ ਪੁਲਿਸ ਤੇ ਇਸ ਉਲਟ ਦਾਅਵੇ ਬਾਰੇ ਟਿੱਪਣੀ ਕਰਨ ਤੋਂ ਮਨਾ ਕਰ ਦਿੱਤਾ ਸੀ ਪਰ ਲੰਘੇ ਮੰਗਲਵਾਰ ਨੂੰ ਉਸਨੇ ਕਿਹਾ ਕਿ ਅਰਵਿੰਦਰ ਸਿੰਘ ਅਸਲ ਵਿੱਚ ਜੇਲ੍ਹ ਦੇ ਵਿੱਚੋਂ ਹੀ ਕਾਰਵਾਈਆਂ ਚਲਾ ਰਿਹਾ ਸੀ ਜਦੋਂ ਕਿ ਐਸਐਸਪੀ ਨੂੰ ਇਹ ਪੁੱਛਿਆ ਗਿਆ ਕਿ ਇਸ ਮਾਮਲੇ ਦੀ ਜਾਂਚ ਕਰਨ ਵਾਲੇ ਡੀਐਸਪੀ ਦਾ ਕਹਿਣਾ ਹੈ ਕਿ ਉਹਦੋਂ ਅਰਵਿੰਦਰ ਸਿੰਘ ਜੇਲ੍ਹ ਤੋਂ ਬਾਹਰੀ ਸੀ ਤਾਂ ਐਸਐਸਪੀ ਨੇ ਕਿਹਾ ਹੈ ਕਿ ਮੈਨੂੰ ਨਹੀਂ ਪਤਾ ਕਿ ਡੀਐਸਪੀ ਨੇ ਤੁਹਾਨੂੰ ਕੀ ਦੱਸਿਆ ਹੈ ਅਤੇ ਅਰਵਿੰਦਰ ਸਿੰਘ ਤੇ ਲਗਾਏ ਗਏ ਇਲਜ਼ਾਮਾ ਮੁਤਾਬਕ ਅਰਵਿੰਦਰ ਸਿੰਘ ਉਹਦੋਂ ਜੇਲ੍ਹ ਵਿੱਚ ਸੀ ਤਾਂ ਇਸ ਨੂੰ ਲੈ ਕੇ ਬਲਾਚਰ ਪੁਲਿਸ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਹੈ ਜੇਕਰ ਤੁਹਾਨੂੰ ਸਾਡਾ ਇਹ ਅਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ